ਜਿਹਦੀ ਮੈਂ ਅੱਜ ਗੱਲ ਕਰ ਰਿਹਾ ਉਹਨੂੰ ਕਹਿੰਦੇ ਆ ਗਲੋ। ਕਿਸਾਨ ਵੀਰੋ, ਖੇਤੀ ਅਤੇ ਪਸ਼ੂਆਂ ਦੀਆਂ ਵੀਡੀਓ ਸਭ ਤੋਂ ਪਹਿਲਾਂ ਵੇਖਣ ਲਈ ਆਪਣੀ ਖੇਤੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਦਬਾ ਦਿਓ ਬੈਲ ਬਟਨ। ਸਤਿ ਸ਼੍ਰੀ ਅਕਾਲ ਪਸ਼ੂ ਪਾਲਕ ਵੀਰੋ, ਅੱਜ ਅਸੀਂ ਇੱਕ ਅਜਿਹੇ ਕੁਦਰਤੀ ਪੌਦੇ ਬਾਰੇ ਦੱਸਾਂਗੇ ਜਿਹਦੇ ਬਾਰੇ ਬਹੁਤ ਸਾਰੇ ਵੀਰਾਂ ਨੂੰ ਨਹੀਂ ਪਤਾ ਹੋਣਾ। ਹੋ ਸਕਦਾ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਹੋਵੇ, ਪਰ ਜਿਹਦੀ ਮੈਂ ਅੱਜ ਗੱਲ ਕਰ ਰਿਹਾ ਉਹਨੂੰ ਕਹਿੰਦੇ ਆ ਗਲੋ। ਆਪਣੇ ਆਮ ਹੀ ਜਿਹੜੇ ਆਪਣੀਆਂ ਕੋਈ ਬੰਜਰ ਥਾਵਾਂ ਹੁੰਦੀਆਂ ਜਾਂ ਖਾਲੀ ਥਾਵਾਂ, ਉੱਥੇ ਇੱਕ ਪੌਦਾ ਉੱਗਦਾ, ਇਹ ਇੱਕ ਵੇਲ ਦੀ ਤਰ੍ਹਾਂ ਹੁੰਦਾ। ਆ ਜਿਹੜਾ ਤੁਸੀਂ ਦੇਖ ਸਕਦੇ ਹੋ, ਇਹਦੇ ਪੱਤੇ ਜਿਹੜੇ ਪਾਨ ਦੇ ਪੱਤੇ ਦੀ ਤਰ੍ਹਾਂ ਹੁੰਦੇ ਆ, ਸ਼ੇਪ ਬਿਲਕੁਲ ਪਾਨ ਦੇ ਪੱਤਿਆਂ ਦੀ ਤਰ੍ਹਾਂ ਹੁੰਦੀ ਹੈ, ਅਤੇ ਜਿੱਥੇ ਕੋਈ ਖਾਲੀ ਥਾਂ ਪਿਆ ਉੱਥੇ ਆਪਣੇ ਆਪ ਉੱਗੇ ਹੁੰਦੇ ਆ। ਇਹ ਵੇਲ ਹੁੰਦੀ ਆ ਪੂਰੀ, ਕਿਸੇ ਵੀ ਬੂਟੇ 'ਤੇ ਹੋ ਸਕਦੀ ਹੈ। ਜਿਵੇਂ ਤੁਸੀਂ ਆਹ ਵੇਖੋਗੇ ਥੱਲੋਂ ਤੱਕ ਇਹਦੀਆਂ ਟਾਹਣੀਆਂ ਜਾਂਦੀਆਂ, ਇਹਦੀਆਂ ਤੁਹਾਨੂੰ ਟਾਹਣੀਆਂ ਵੀ ਦਿਖਾਵਾਂਗੇ ਕਿਸ ਤਰ੍ਹਾਂ ਦੀਆਂ। ਇਹਦੇ ਫਾਇਦੇ ਕੀ ਹੈ, ਆਪਣੇ ਇੱਕ ਕੁਦਰਤੀ ਐਂਟੀ ਆਕਸੀਡੈਂਟ ਦਾ ਕੰਮ ਕਰਦੀਆਂ ਹੈਗੀਆਂ। ਮਨੁੱਖ ਵਾਸਤੇ ਤਾਂ ਇਹਦੇ ਫਾਇਦੇ ਹੈ ਹੀ, ਪਰ ਜਿਹੜੇ ਪਸ਼ੂਆਂ ਲਈ ਫਾਇਦੇ ਆ ਉਹ ਇਹ ਹੈ ਕਿ ਪਸ਼ੂਆਂ ਦੇ ਵਿੱਚ ਜੇਕਰ ਜਿੰਨਾ ਵੀ ਪੁਰਾਣਾ ਜਾਂ ਤੇਜ਼ ਬੁਖਾਰ ਹੋਵੇ ਜਾਂ ਵਾਰ ਵਾਰ ਬੁਖਾਰ ਹੁੰਦਾ ਹੋਵੇ, ਤਾਂ ਉਹਦੀ ਵਾਸਤੇ ਇਹਦਾ ਪਾਣੀ ਜੇਕਰ ਆਪਾਂ ਪਿਆਵਾਂਗੇ ਤਾਂ ਉਹਦਾ ਬੁਖਾਰ ਬਿਲਕੁਲ ਠੀਕ ਹੋ ਜੂਗਾ। ਸੋ ਇਹਦੇ ਫਾਇਦੇ ਦੇ ਨਾਲ ਨਾਲ ਇੱਕ ਗੱਲ ਹੋਰ ਦੱਸਣੀ ਚਾਹਾਂਗੇ ਕਿ ਜੇਕਰ ਇਹਨੂੰ ਆਪਾਂ ਵਰਤਣਾ ਹੈ ਤਾਂ ਉਹਨੂੰ ਵਰਤਣ ਦਾ ਤਰੀਕਾ ਕੀ ਆ, ਉਹ ਸਾਰਾ ਅਸੀਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਕਿ ਕਿਸ ਤਰ੍ਹਾਂ ਇਹਦਾ ਪਾਣੀ ਗਰਮ ਕਰਕੇ ਆਪਾਂ ਪਸ਼ੂਆਂ ਨੂੰ ਪਿਲਾਉਣਾ ਹੈ। ਕਿਉਂਕਿ ਜਦੋਂ ਪਸ਼ੂ ਨੂੰ ਬੁਖਾਰ ਹੁੰਦਾ, ਆਮ ਤੌਰ 'ਤੇ ਗਾਵਾਂ ਜਾਂ ਜਿਹੜੀਆਂ ਮੱਝਾਂ ਹੁੰਦੀਆਂ, 101 ਤੱਕ ਮੈਕਸੀਮਮ ਬੁਖਾਰ ਗਰਮੀਆਂ ਦੇ ਵਿੱਚ ਚਲਾ ਜਾਂਦਾ ਜਾਂ ਫਿਰ 102 ਤੱਕ ਚਲਾ ਜਾਂਦਾ। ਜਦੋਂ ਬੁਖਾਰ ਵਾਰ ਵਾਰ ਚੜ੍ਹਦਾ ਕੀ ਆ, ਪਸ਼ੂ ਦੁੱਧ ਘੱਟ ਜਾਂਦਾ, ਪਸ਼ੂ ਥੋੜ੍ਹਾ ਘਰਕਣ ਲੱਗ ਜਾਂਦਾ ਹੈਗਾ, ਜਾਂ ਉਹਦੇ ਦੁੱਧ ਦੇ ਵਿੱਚ ਉਤਪਾਦਨ ਦੇ ਵਿੱਚ ਵੀ ਕਮੀ ਆ ਜਾਂਦੀ ਹੈਗੀ ਹੈ, ਉਹ ਜਿਹੜੇ ਹਰਾ ਚਾਰਾ ਜਾਂ ਪੱਠੇ ਉਹ ਛੱਡ ਜਾਂਦਾ ਹੈਗਾ। ਸੋ ਇਹ ਸਾਰੀਆਂ ਗੱਲਾਂ ਪਸ਼ੂਆਂ ਦੇ ਵਿੱਚ ਆ ਜਾਂਦੀਆਂ ਹੈਗੀਆਂ, ਤਾਂ ਉਦੋਂ ਉਸ ਟਾਈਮ ਆਪਾਂ ਜਿਹੜਾ ਇਹ ਗਲੋਹ ਦਾ ਪਾਣੀ ਪਿਆ ਸਕਦੇ ਹਾਂ। ਇਹ ਇੱਕ ਚੰਗਾ ਅਤੇ ਪਰਖਿਆ ਹੋਇਆ ਤਰੀਕਾ ਹੈ ਬਿਲਕੁਲ। ਇਹ ਜਿਹੜੇ ਆਮ ਤੌਰ 'ਤੇ ਘਰਾਂ 'ਚ ਬਜ਼ੁਰਗ ਆ ਉਹ ਪਹਿਲਾਂ ਵਰਤਦੇ ਸੀ, ਅਤੇ ਇਹਦੇ ਰਿਜ਼ਲਟ ਹੁਣ ਵੀ ਅਸੀਂ ਪਰਖ ਕੇ ਚੰਗੀ ਤਰ੍ਹਾਂ ਵਰਤ ਕੇ ਫਿਰ ਹੀ ਤੁਹਾਨੂੰ ਅੱਜ ਦੱਸ ਰਹੇ ਹਾਂ। ਤਾਂ ਹੁਣ ਤੁਹਾਨੂੰ ਦਿਖਾਵਾਂਗੇ ਕਿ ਕਿੱਥੋਂ ਆਪਾਂ ਇਹਦੀਆਂ ਟਾਹਣੀਆਂ ਤੋੜਾਂਗੇ, ਕਿਵੇਂ ਟਾਹਣੀਆਂ ਕੱਟ ਕੇ ਉਸ ਤੋਂ ਬਾਅਦ ਕਿਵੇਂ ਇਹਦਾ ਪਾਣੀ ਗਰਮ ਕਰਨਾ, ਉਹ ਸਾਰਾ ਤੁਹਾਨੂੰ ਦਿਖਾਉਂਦੇ ਹਾਂ। ਤੁਸੀਂ ਜਿਵੇਂ ਦੇਖ ਸਕਦੇ ਹੋ ਕਿ ਮੇਰੇ ਹੱਥ ਦੇ ਵਿੱਚ ਆਹ ਇੱਕ ਗਲੋਹ ਦੀ ਡੈਣੀ ਹੈ ਜਿਹੜੀ ਕਿ ਜੜ੍ਹ ਤੋਂ ਬਿਲਕੁਲ ਕੱਟੀ ਗਈ ਹੈ। ਤੋ ਜਿਵੇਂ ਜਿਵੇਂ ਤੁਸੀਂ ਦੇਖੋਗੇ ਥੱਲੇ ਤੀਕਰ ਇਹ ਮੋਟੀ ਹੁੰਦੀ ਜਾਊਗੀ ਜੜ੍ਹ, ਅਤੇ ਜਿਵੇਂ ਨਾਲ ਆ ਇੱਥੇ ਅੰਬ ਦਾ ਦਰਖਤ ਹੈ, ਇਹਦੇ ਉੱਤੇ ਸਾਰੇ ਤੁਸੀਂ ਦੇਖੋਗੇ ਕਿ ਆਹ ਜਿਹੜੀਆਂ ਗਲੋਹ ਦੀਆਂ ਜਿਹੜੀਆਂ ਵੇਲਸ ਆ ਥੱਲੇ ਜੜ੍ਹਾਂ, ਉਹ ਇਸ ਤਰ੍ਹਾਂ ਲਮਕੀਆਂ ਹੁੰਦੀਆਂ। ਸੋ ਇਸ ਤਰ੍ਹਾਂ ਦੀਆਂ ਤੁਹਾਨੂੰ ਲਮਕੀਆਂ ਕਿਤੇ ਵੀ ਜੜ੍ਹਾਂ ਮਿਲ ਸਕਦੀਆਂ, ਜ਼ਰੂਰੀ ਨਹੀਂ ਇਹ ਥੱਲੇ ਵੀ ਆਪਣੀ ਜ਼ਮੀਨ 'ਤੇ ਵੀ ਉੱਗਿਆ ਹੋ ਸਕਦਾ ਹੈਗਾ। ਜਿਹੜੀ ਆ ਜੜ੍ਹ ਮੇਰੇ ਕੋਲ ਦੇਖ ਰਹੇ ਹੋ, ਇਹਦੇ ਵਿੱਚੋਂ ਆਪਾਂ ਹੁਣ ਲਗਭਗ ਪਾਣੀ ਗਰਮ ਕਰਨ ਦੇ ਲਈ ਇਹਨੂੰ ਆਪਾਂ 1 ਫੁੱਟ ਤੋਂ ਜਾਂ 1.5 ਫੁੱਟ ਤੋਂ ਲੈ ਕੇ ਤੋੜ ਲੈਣਾ ਹੈਗਾ। ਸੋ ਜਿਵੇਂ ਤੁਸੀਂ ਆਹ ਦੇਖ ਸਕਦੇ ਹੋ ਕਿ 1.5 ਫੁੱਟ ਤੋਂ ਮੈਂ ਜਿਵੇਂ ਆ ਤੋੜ ਰਹੀ ਹੈ, ਇਹਨੂੰ ਤੋੜ ਕੇ ਆਪਾਂ ਵਰਤੋਂ ਦੇ ਵਿੱਚ ਲਿਆਵਾਂਗੇ। ਸੋ ਹੁਣ ਇਹਨੂੰ ਦੱਸਾਂਗੇ ਕਿ ਇਹਨੂੰ ਪਾਣੀ ਦੇ ਵਿੱਚ ਉਬਾਲਣਾ ਕਿਵੇਂ ਹੈ ਅਤੇ ਕਿਵੇਂ ਆਪਾਂ ਵਰਤਣਾ ਹੈ ਪਸ਼ੂਆਂ ਦੇ ਲਈ। ਜਿਹੜੀ ਆਪਾਂ ਡਾਹਣੀ ਕੱਟੀ ਸੀ ਉਹ ਮੇਰੇ ਬਿਲਕੁਲ ਕੋਲ ਹੈ, ਇਹਨੂੰ ਆਪਾਂ 1-1 ਇੰਚ ਜਾਂ 2-2 ਇੰਚ ਤੱਕ ਕੱਟ ਲਾਂਗੇ, ਛੋਟੇ ਛੋਟੇ ਟੁਕੜੇ ਕਰਾਂਗੇ। ਇਹ ਆ ਤੁਸੀਂ ਦੇਖ ਸਕਦੇ ਹੋ ਕਿ ਮੈਨੂੰ ਟੁਕੜਿਆਂ ਦੇ ਵਿੱਚ ਬਿਲਕੁਲ ਛੋਟੇ ਛੋਟੇ ਟੁਕੜੇ ਕਰ ਲੈਣੇ ਆਪਣੇ ਹਿਸਾਬ ਨਾਲ। ਜਿਵੇਂ ਤੁਸੀਂ ਆ ਦੇਖੇ ਵੀ 15-20 ਟੁਕੜੇ ਆਪਾਂ ਕਰ ਲੈਣੇ ਆ, ਕੱਟ ਲੈਣੇ ਆ। ਉਸ ਤੋਂ ਬਾਅਦ ਕੋਈ ਖੁੱਲ੍ਹੇ ਭਾਂਡੇ ਦੇ ਵਿੱਚ ਜਿਵੇਂ ਆ ਮੇਰੇ ਕੋਲ ਪਾਣੀ ਹੈ, ਇਹ 1 ਲੀਟਰ ਪਾਣੀ ਪਾਉਣਾ ਆਪਾਂ। 1 ਲੀਟਰ ਪਾਣੀ ਦੇ ਵਿੱਚ ਇਹਨੂੰ ਆਪਾਂ ਇਹਦੇ ਵਿੱਚ ਪਾ ਦੇਣਾ। ਉਸ ਤੋਂ ਬਾਅਦ ਇਹਨੂੰ ਆਪਾਂ 1/2 ਘੰਟੇ ਤੱਕ ਉਬਾਲਣਾ ਹੈਗਾ ਲਗਾਤਾਰ। ਜਦੋਂ 1/2 ਘੰਟਾ ਉਬਾਲਾਂਗੇ ਤਾਂ ਉਸ ਤੋਂ ਬਾਅਦ ਇਹ ਜਿਹੜਾ ਪਾਣੀ ਇਹ ਬਣ ਕੇ ਤਿਆਰ ਹੋ ਜਾਊਗਾ। ਹੁਣ ਇਹਨੂੰ ਆਪਾਂ ਗੈਸ ਚਲਾ ਕੇ ਅਤੇ ਉਹਦੇ ਉੱਪਰ ਇਹਨੂੰ ਗਰਮ ਕਰਾਂਗੇ।
ਆ ਤੁਸੀਂ ਦੇਖ ਰਹੇ ਹੋ ਕਿ ਇਹ ਗਰਮ ਹੋ ਰਹੇ ਹੈ ਟੁਕੜੇ। ਦੋਸਤੋ ਅੱਧਾ ਘੰਟਾ ਇਹ ਗਰਮ ਕਰਨ ਤੋਂ ਬਾਅਦ ਇਹਨੂੰ ਆਪਾਂ ਠੰਡਾ ਕਰਨ ਲਈ ਰੱਖ ਦੇਣਾ ਹੈਗਾ। ਅਤੇ ਜਦੋਂ ਇਹ ਠੰਡਾ ਹੋ ਗਿਆ ਇਹਦੇ ਵਿੱਚੋਂ ਆਪਾਂ ਜਿਹੜੀਆਂ ਕੱਟੀਆਂ ਹੋਈਆਂ ਉਹ ਟਹਿਣੀਆਂ ਉਹਨੂੰ ਪਾਸੇ ਕੱਢ ਲੈਣਾ ਅਤੇ ਇਕੱਲਾ ਪਾਣੀ ਪੁਣ ਕੇ ਅਲੱਗ ਕਿਸੇ ਖੁੱਲ੍ਹੇ ਭਾਂਡੇ ਦੇ ਵਿੱਚ ਪਾ ਕੇ ਪਸ਼ੂ ਨੂੰ ਪਿਆ ਸਕਦੇ ਹੋ। ਇਹਨੂੰ ਤੁਸੀਂ ਦਿਨ ਵਿੱਚ ਦੀ ਇੱਕ ਵਾਰੀ ਪਿਆ ਸਕਦੇ ਹੋ, ਜੇ ਬੁਖਾਰ ਜ਼ਿਆਦਾ ਜਾਂ ਦੋ ਵਾਰੀ ਜਾਂ ਤਿੰਨ ਵਾਰੀ ਵੀ ਪਿਆ ਸਕਦੇ ਹੋ ਸਕਦਾ ਵੀ ਜਿਹੜਾ ਤੁਹਾਡਾ ਪਸ਼ੂ ਆ ਇਸ ਪਾਣੀ ਨੂੰ ਪੀਣ ਤੋਂ ਇਨਕਾਰ ਕਰੇ, ਪਰ ਉਹਨੂੰ ਜਿਵੇਂ ਵੀ ਹੋ ਸਕੇ ਉਹਨੂੰ ਇਹ ਪਾਣੀ ਪਿਆਉਣ ਦੀ ਕੋਸ਼ਿਸ਼ ਕਰਨੀ ਹੈ। ਇਹਦੇ ਨਾਲ ਜਿਹੜਾ ਉਹਨੂੰ ਬੁਖਾਰ ਵਾਰ ਵਾਰ ਆਉਣਾ ਜਾਂ ਇੱਕ ਵਾਰੀ ਇਕੱਠਾ ਬੁਖਾਰ ਆਉਣਾ ਜਾਂ ਪੁਰਾਣਾ ਬੁਖਾਰ ਆ ਉਹ ਸਾਰਾ ਇਹਦੇ ਨਾਲ ਠੀਕ ਹੋ ਜਾਏਗਾ ਪਿਆਉਣ ਦੇ ਨਾਲ। ਸੋ ਇਸ ਤਰ੍ਹਾਂ ਦੀਆਂ ਖੇਤੀ ਨਾਲ ਜੁੜੀਆਂ ਜਾਂ ਪਰ ਪਸ਼ੂਆਂ ਨਾਲ ਜੁੜੀਆਂ ਤੁਹਾਡਾ ਜੇਕਰ ਕੋਈ ਵੀ ਸਵਾਲ ਹੈ ਤਾਂ ਤੁਸੀਂ ਸਾਡਾ ਸਵਾਲ ਸਾਡੀ ਆਪਣੀ ਖੇਤੀ ਮੋਬਾਈਲ ਐਪ 'ਤੇ ਪਾ ਸਕਦੇ ਹੋ।